ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੋ ਜੀ ਸਹਾਇ, ਵਾਹਿਗੁਰੂ ਜੀ ਸਿਮਰਤ ਹੈ। ਗੁਰੂ ਨਾਨਕ ਲਈ ਧਿਆਏ ਫਿਰ ਭਗਤ ਗੁਰ ਤੇਗ ਅਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠਿਆ ਸਭ ਬਜਾਏ ਏਕ ਬਹਾਦਰ ਸਿਮਰੀਐ। ਘਰ ਨਾਉਂਦਿਆਂ ਧਾਏ ਸਭ ਥਈ ਹੁਣ ਸਹਾਇ, ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਹਲ ਫਲ ਕੇ ਮਾਲਕ, ਦੋ ਜਹਾਨ ਦੇ ਬਾਦ ਇਸ ਖੁਸ਼ੀ ਦੇ ਬਹਾਦਰ, ਦੀਨ ਦੁਨੀਆਂ ਕੇ ਰੱਖਿਅਕ ਸਭ ਥਈ ਹੁਣ ਸਹਾਇ। ਸਤਿ ਸ੍ਰੀ ਅਕਾਲ ਜੀ ਕੀ ਸਾਧ ਸੰਗਤ, ਬੋਲਣਾ ਜੀ ਸਤਨਾਮਾ ਭੇਟ ਕੀਤਾ ਗਿਆ ਆਪਣੇ ਗਲਾਂ ਦੇ ਸੇਵਕਾਂ ਦੇ ਪਰਦੇ ਕੱਢਣੇ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਲਖਵਿੰਦਰ ਸਿੰਘ ਜੀ ਲੱਖੀ ਕਮਿਸ਼ਨਰ ਸਾਹਿਬ ਦੋ ਮਿੰਟਾਂ ਲਈ ਸ਼ਰਧਾ ਦੇ ਫੁੱਲ ਅਰਪਣ ਕਰਨਗੇ, ਕਿਉਂਕਿ ਭਾਈ ਸਾਹਿਬ ਉਹਨਾਂ ਦੇ ਬਾਹਰ ਨੇ, ਉਹਦੀ ਜੀ ਦੀ ਦੁਕਾਨ ਤੇ ਹੋਣਾ, ਇਹਨਾਂ ਨੇ ਸ਼ਾਮ ਗਾਣੀ ਕਰਨ ਲਈ ਕਾਕਾ ਨਾਲ ਪਕੌੜੇ ਜੋੜਗਾ, ਕਿਉਂਕਿ ਬਹੁਤ ਵਧੀਆ ਸੁਭਾਅ ਦੇ ਸੀ, ਮਿਲ ਕੇ ਜਾਈਦਾ ਸੀ, ਕੀਤਾ ਕੁਛ ਨਹੀਂ ਜਾ ਸਕਦਾ, ਭਾਣਾ ਪਰਮਾਤਮਾ ਦਾ ਹੁੰਦਾ ਹੈ, ਮੰਨਣਾ ਪੈਂਦਾ ਹੈ, ਕਿਉਂਕਿ ਇੱਕ ਵੀ ਸਵਾਸ ਅਸੀਂ ਭਾਗ ਨਹੀਂ ਲੈ ਸਕਦੇ। ਸੋ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੇ ਪਿਤਾ ਸਮਾਨ ਬਹੁਤ ਸੰਗੀਤ ਸਿੰਘ ਜੀ ਨੂੰ ਸ਼ਰਧਾ ਦੇ ਪ੍ਰਗਟ ਕਰਦਾ ਹਾਂ, ਅਰਦਾਸ ਕਰਦੇ ਹਾਂ, ਪਿੱਛੇ ਪਰਿਵਾਰ ਦੇ ਬੱਚਿਆਂ ਦੇ ਪਰਮਾਤਮਾ ਮੇਰੇ ਹੱਥ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਵੱਲੋਂ ਉਹਨਾਂ ਦੇ ਪਰਿਵਾਰ ਨੂੰ, ਜਿੱਥੇ ਪਰਮਾਤਮਾ ਨੇ ਉਹਨਾਂ ਨੂੰ ਇਹ ਸਦੀਵੀ ਵਿਛੋੜਾ ਦਿੱਤਾ, ਉੱਥੇ ਭਾਣਾ ਮੰਨਣ ਦਾ ਵਾਰ ਬਖਸ਼ ਪਰਮਾਤਮਾ, ਅਤੇ ਸੱਚੀ ਸੁੱਚੀ ਸਰਬਿੰਦੀ ਇਹੀ ਹੈ ਕਿ ਉਹਨਾਂ ਦੀ ਜਿਹੜੀਆਂ ਮੇਰੇ ਵੱਲੋਂ ਜਾਂ ਮੈਂ ਜੋ ਉਹਨਾਂ ਦੇ ਜੀਵਨ ਵਿੱਚੋਂ ਦੋ ਗੱਲਾਂ ਤੋਂ ਪ੍ਰਭਾਵਿਤ ਹੋਇਆ, ਸਾਨੂੰ ਉਹ ਗੱਲਾਂ ਜਿਹੜੀਆਂ ਮੰਨ ਕੇ ਸਮਾਜ ਵਿੱਚ ਜ਼ਰੂਰ ਪਜਾਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬੂ ਸਰਜੀਤ ਸਿੰਘ ਦੇ ਪਰਿਵਾਰ ਵੱਲੋਂ ਧਾਰਮਿਕ ਸਥਾਨਾਂ ਵਾਸਤੇ ਉਹਨਾਂ ਨੇ ਮਾਇਆ ਕੱਢੀ ਹੈ। ਗੁਰੂ ਰੂਪੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਾਬੂ ਸਰਜੀਤ ਸਿੰਘ ਅਰੋੜਾ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਪਰਿਵਾਰ ਵੱਲੋਂ ਜੋ ਕਰਾਇਆ ਜਾ ਰਿਹਾ ਹੈ, ਸੰਤ ਬਾਬਾ ਲਾਲ ਸਿੰਘ ਦੀ ਯਾਦ ਦੇ ਵਿੱਚ, ਉਹਨਾਂ ਦੇ ਹਾਲ ਦੇ ਵਿੱਚ ਮਹੰਤ ਤੇਜਾ ਸਿੰਘ ਜੀ ਦੀ ਅਗਵਾਈ, ਸਾਰੀਆਂ ਸੰਗਤਾਂ ਵੱਲੋਂ ਇਹੋ ਹੀ ਬੇਨਤੀ ਕੀਤੀ ਜਾਂਦੀ ਆ ਕਿ ਗੁਰੂ ਮਹਾਰਾਜ ਬਾਬੂ ਸੁਰਜੀਤ ਸਿੰਘ ਅਰੋੜਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
Oh.
Yeah.
Oh.
Thank you.
विण पुछया ही लै जाए, विण पुछया ही लै जाए, कि कोई ऐसा तरीका है
कि इंसान की कभी मौत ही ना हो जाए, भी यह बंदा कभी मरे ही ना। कोई ऐसा तरीका भी है कि इंसान की कभी मौत ना हो, क्योंकि गुरु प्यारे तुहानू पता है शरीर करके भावें साडे गुरु साहिबान आए, वड्डे वड्डे ऋषि मुनि आए, देवी देवते पीर पैगंबर आए, पर शरीर करके उन्होंने भी इस दुनिया तो जाना पड़ा। गौतम बुद्ध जी को पूछा, कहते कोई ऐसा तरीका है कि जिदे नाल इंसान की कभी मौत ना हो। गौतम बुद्ध जी कहते हाँ एक तरीका है कि इंसान कभी नहीं मरेगा, इंसान की कभी मौत नहीं होगी। वो कहते जी वो किहड़ा तरीका है, वो किहड़ा तरीका भी जिदे नाल इंसान की कभी मौत ना हो। गौतम बुद्ध जी कहते वो तरीका यह है कि इंसान जन्म ही ना लवे। कहते महाराज जन्म ना लवे। तो गौतम बुद्ध कहते आ जी मनुखा देही मिली है ना, कहते इस मनुखा दे विच इस देही दे विच इन्ना जप तप करे, इन्नी बंदगी करे, इन्ना नाम जपे कि 84 लाख जून के गेड़ चो बाहर हो जाए, दोबारा जन्म ही ना लवे। ये आत्मा उस परमात्मा दे विच भेद हो जाए, जदों आत्मा परमात्मा च भेद हो जाए। तो बाबा नानक सिंह जी कहते सी एक इंसान दो काम कर लवे अपने जीवन काल दे विच, दो काम करने सारी उम्र ना छड़े। वो किहड़े कहते सी, एक ता अमृत वेले उठ के गुरु नानक दे चरणा दे विच बंदगी करे, परमात्मा का सिमरन करे, नाम जपे, अमृत वेले उठ के अमृत वेला संभाले। पहली चीज कि अमृत वेले उठ के परमात्मा के चरणों में बंदगी करे। कहते सी दूजी चीज कि जदों संध्या का वेला होवे उस वक्त फिर रहराज साहब का पाठ, जां जिहड़ा कोई अपने धर्म में अपने धर्म में रह के उस वक्त बंदगी करे, नाम जपे। क्योंकि तुहानू पता है सिख धर्म दे विच इह मर्यादा है कि अमृत वेले 5 बाणियां दा नितनेम ते संध्या वेले 2 बाणियां दा नितनेम। धन गुरु गोबिंद सिंह महाराज जी ने 2 वेले मुसलमान धर्म दे विच 5 वक्त दी नमाज है, पर कलगीधर महाराज ने कहा कोई गल नहीं तुसीं 2 वेले ही संभाल लो। जिहड़ा असी सड़िया ते ओ सज्जन असी सड़िया, नित नित जिए सभाई।
एक बार सारी संगत ये पंक्ति पढ़ के असीस दियो, कोई रसना वांझी ना रवे। सारियां नूं बेनती है जी, सारी कृपा करियो। देहो सजना असी सड़िया, देहो सजना असी सड़िया, करो कृपा देहो सजना ਸਾਰੀ ਸੰਗਤ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਸਾਰਿਆਂ ਨੂੰ ਬੇਨਤੀ ਜੀ, ਦੇਹੋ ਸੱਜਣ ਅਸੀਂ ਸੜੀਆਂ, ਦੇਹੋ ਸੱਜਣ ਅਸੀਂ ਸੜੀਆਂ, ਕਿਰਪਾ ਦੇਹੋ ਸੱਜਣ
ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਕਰਤਾਰਾ ਪ੍ਰਜਾ ਘਰ ਕਬ ਦੇ ਕਰਵਾ।
ਕਰਤ ਦਾ ਅਰਥ ਹੈ ਆਪਣੇ ਨੂੰ ਕੁਝ ਵੱਖਰਾ ਕਰਨਾ, ਕੱਢਣਾ, ਬਾਹਰ ਕੱਢਣਾ। ਉਸ ਈਸ਼ਵਰ ਨੇ ਜਦੋਂ ਕੁਝ ਕਰਤ ਕੀਤਾ ਤੇ ਸਾਰਾ ਸੰਸਾਰ ਵਿੱਚ ਅੰਦਰ ਜੇਤਨ ਖਾਣੀ ਕੀਤੇ ਜਗ ਜਗ ਪੈਦਾ ਕਰਦੇ, ਪਰ ਕਦੇ ਕਦਾਈ ਉਹ ਈਸ਼ਵਰ ਅਕਰਤ ਕਰਦਾ ਹੈ, ਉਦਕਰਤ ਕਰਦਾ ਹੈ, ਬਾਹਰ ਕੱਢਦਾ, ਅਕਰਤ ਕਰਦਾ ਆਕਰਸ਼ਣ ਆਪਣੇ ਵੱਲ ਵਿੱਚ ਲੈਂਦਾ। ਜਦ ਅਕਰਤ ਕਰਤ ਹੈ ਕਬੂ ਸਭ ਮੈਂ ਮਿਲਤ ਸਾਰਿਆਂ ਨੂੰ ਆਪਣੇ ਆਪ ਨੂੰ ਬੁਲਾ ਲੈਂਦਾ। ਥੋੜ੍ਹਾ ਜਿਹਾ ਸੰਖੇਪ ਵਿੱਚ ਵਿਦਵਾਨ ਲੋਕਾਂ ਨੇ ਇਹਨੂੰ ਹੋਰ ਵੰਡ ਕੀਤੀ ਹੈ। ਮਹਾਰਾਜ ਕਹਿੰਦੇ ਨੇ ਪੰਜ ਤੱਤ ਹੋ ਤੰਦ ਰਜਿਓ ਜਾਣੋ ਚਤਰ ਸਜਾਉਂਦਾ। ਪੰਜਾਂ ਤੱਤਾਂ ਦਾ ਧਰਤੀ, ਆਕਾਸ਼, ਹਵਾ, ਅਗਨੀ ਤੇ ਪਾਣੀ। ਸਧਾਰਨ ਬੁੱਧੀ ਨਾਲ ਸੋਚੀਏ ਤਾਂ ਇਹ ਪੰਜੇ ਤੱਤ ਵਿਰੋਧੀ। ਆਕਾਸ਼ ਤੇ ਧਰਤੀ ਦਾ ਮੇਲ ਕੋਈ ਨਹੀਂ, ਪਾਣੀ ਤੇ ਅਗਨੀ ਦਾ ਮੇਲ ਕੋਈ ਨਹੀਂ, ਹਵਾ ਤੇ ਧਰਤੀ ਦੀ ਸਥਿਰਤਾ ਨਹੀਂ। ਪਰੰਤੂ ਵਿਦਵਾਨਾਂ ਨੇ ਇਸ ਤੱਤ ਨੂੰ ਬੜੀ ਗੰਭੀਰਤਾ ਨਾਲ ਕਿਹਾ, ਪੰਜ ਤੱਤ ਕੁਝ ਤਨ ਰਹਿੰਦੇ ਹੋ ਜਾਣੋ ਚਤਰ ਸੁਣਾ। ਗੁਰੂ ਨਾਨਕ ਦੇਵ ਜੀ ਨੇ ਇੱਥੇ ਗੁਰਬਾਣੀ 'ਚ ਬਿਆਨ ਕੀਤਾ, ਬਾਰਾਂ 'ਚ ਬਚਨ ਕੀਤਾ, ਬਾਰਾਂ ਕਹਿੰਦੇ ਨੇ ਇਹ ਸਾਰਾ ਸੰਸਾਰ ਪੰਜਾਂ ਤੱਤਾਂ ਦਾ ਰਚਿਆ ਹੈ ਕਿ ਜੇ ਕੋਈ ਛੇਵਾਂ ਤੱਤ ਕਰ ਸਕਦਾ ਹੈ ਤਾਂ ਕਰ ਸਕਦੇ। ਪਰ ਇੱਕ ਗਿਆਨ ਬੜੀ ਗੌਰ ਨਾਲ ਸੋਚਣ ਵਾਲੀ ਹੈ, ਪੰਜਾਂ ਤੱਤਾਂ ਦਾ ਬਣਿਆ ਹੋਇਆ ਸਰੀਰ ਹੈਗਾ, ਅੱਖ, ਕੰਨ, ਨੱਕ, ਪੈਰ ਸਭ ਕੁਛ ਪੂਰਾ ਹੈ, ਫਿਰ ਜੇ ਉਹਦੇ 'ਚ ਛੇਵਾਂ ਤੱਤ ਪ੍ਰਾਣਾ ਦਾ, ਆਤਮਾ ਦਾ, ਡਿਵਾਈਨ ਸਪਿਰਿਟ ਦਾ, ਡਿਵਾਈਨ ਸੋਲ ਦਾ ਕੁਝ ਵੀ ਕਹਿ ਲਈਏ, ਅਗਰ ਉਹ ਤੱਤ ਨਹੀਂ ਹੈ ਤਾਂ ਸਰੀਰ ਮੁੜਦਾ ਹੈ, ਇਹਦੀ ਕੋਈ ਕੀਮਤ ਨਹੀਂ। ਚਾਰ ਵੱਖ ਮਤ ਵਾਲੇ, ਭੈਰਵ ਮਤ ਵਾਲੇ, ਬੌਧ ਮਤ ਵਾਲੇ, ਜੈਨ ਮਤ ਵਾਲੇ, ਇਹ ਸਾਰੇ ਦੇ ਸਾਰੇ ਦੁਆਇਤ ਮੰਨਦੇ ਨੇ, ਭਾਵ ਪ੍ਰਕਿਰਤੀ ਅਤੇ ਈਸ਼ਵਰ ਨੂੰ ਭੇਦ ਮੰਨਦੇ ਨੇ। ਵੇਦਾਂਤ, ਗੀਤਾ, ਭਗਤੀ, ਸੂਫੀ ਮਤ ਅਤੇ ਗੁਰਮਤ ਇਹ ਜੀਵ ਅਤੇ ਆਤਮਾ ਦਾ ਅਭੇਦਤਾ ਮੰਨਦੇ ਨੇ, ਭਾਵ ਬੰਦਗੀ ਕਰੇ, ਸੁਧਰਨ ਕਰੇ, ਸ਼ੁਭ ਕਰਮ ਕਰੇ, ਪਰਮਾਤਮਾ ਨੂੰ ਯਾਦ ਕਰੇ ਅਤੇ ਪਰਮਾਤਮਾ 'ਚ ਮਿਲ ਜਾਏਗਾ। ਉਦਾਹਰਣ ਵਜੋਂ ਗੁਰੂ ਸਾਹਿਬ ਕਹਿ ਰਹੇ ਨੇ ਇਸ ਜੀਵ ਨੇ ਉਸ ਪ੍ਰਭੂ ਨਾਲ ਮਿਲਦਾ ਹੈ ਤਾਂ ਕਿਵੇਂ ਮਿਲਣਾ, ਸੂਰਜ ਕਿਰਨ ਮਿਲੇ ਜਗ ਕਾ ਜਲ ਬੂਆ ਰਾਮ ਜੋਤੀ ਜੋਤਰਨੀ ਸੰਪੂਰਨ ਗਿਆਨ। ਲੋਕ ਜਾਣਦੇ ਨੇ ਇਹ ਅਦਵੈਤਵਾਦ ਹੈ, ਭਾਵ ਦੋ ਨਹੀਂ ਹੈ, ਇੱਕੋ ਹੀ ਹੈ। ਚਲੋ ਇਹ ਮਤਾਂ ਮੁਤਾਬਰਾਂ ਦਾ ਬੜਾ ਲੰਬਾ ਚੌੜਾ ਚੱਕਰ ਹੈ, ਮੈਂ ਉਸ ਵਿੱਚ ਚਲੋ ਮੇਰਾ ਪ੍ਰੈਸ਼ਰ ਹੋਇਆ, ਮੈਂ ਠੀਕ ਵੀ ਨਹੀਂ ਸੀ, ਪਰ ਮੇਰੇ ਮਨ 'ਚ ਕਿਉਂਕਿ ਬਾਬੂ ਸਰਜੀਤ ਸੁਰਨ ਨਾਲ ਸਾਰਿਆਂ ਨਾਲ ਬੜਾ ਪਿਆਰ ਕਰਦੇ ਸੀ, ਬਹੁਤ ਪਿਆਰ ਕਰਦੇ, ਸਤਿਕਾਰ ਵੀ ਬਹੁਤ ਕਰਦੇ, ਪਿਆਰ ਵੀ ਬਹੁਤ ਕਰਦੇ। ਪਿਆਰ ਵੱਖਰੀ ਚੀਜ਼ ਹੈ, ਸਤਿਕਾਰ ਰਿਸਪੈਕਟ ਵੱਖਰੀ ਚੀਜ਼ ਹੈ। ਪਰ ਲਗਭਗ ਮੇਰੇ ਖਿਆਲ ਇਹਨਾਂ ਦੀ ਵੀ ਉਮਰ 65-70 ਦੇ ਨੇੜੇ ਹੀ ਹੋਣੀ, ਜ਼ਿਆਦਾ ਨਹੀਂ, ਮੇਰੀ ਵੀ 70-71 ਉਮਰ ਹੈ। ਇਸ ਪਰਿਵਾਰ ਵਿੱਚ ਸਰਦਾਰਾ ਸਾਹਿਬ ਦੇ ਪਰਿਵਾਰ ਵਿੱਚ ਜਿੱਥੇ ਇਹਨਾਂ ਦੇ ਵੱਡੇ ਭਰਾਤਾ ਸਰਦਾਰ ਦਰਸ਼ਨ ਸਿੰਘ, ਸਰਦਾਰ ਬਲਵੀਰ ਸਿੰਘ, ਸਰਦਾਰ ਸੁਰਜੀਤ ਸਿੰਘ ਅਤੇ ਗਿਆਨੀ ਜੀ ਚੌਥੇ ਭਰਾ ਨੇ, ਇਹਨਾਂ ਦੀਆਂ ਭੈਣਾਂ, ਲਗਭਗ ਜਿੰਨੇ ਫੁੱਟਪਾਲ, ਜਿੰਨੇ ਵਿਆਹ ਸ਼ਾਦੀਆਂ, ਜਿੰਨੇ ਸਾਰੇ ਉਹ ਅਸੀਂ ਬਚਪਨ 'ਚ ਕਰਦੇ ਰਹੇ ਹਾਂ, ਘਰ ਵਰਗਾ ਹੀ ਆਉਣਾ ਜਾਉਣਾ ਸੀ। ਇਸ ਕਰਕੇ ਇਹ ਇਸ ਗੱਲ ਦਾ ਮੈਨੂੰ ਥੋੜ੍ਹਾ ਚਲੋ ਐਵੇਂ ਸਮਝ ਲਈਏ ਘਾਟ ਜਿਹੀ ਮਹਿਸੂਸ ਹੋਈ ਬਾਬੂ ਜੀ ਦੇ ਚਲੇ ਜਾਣ 'ਤੇ। ਇੱਕ ਗੱਲ ਤਾਂ ਯੂਨੀਵਰਸਲ ਟਰੁੱਥ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੁਆਈ ਵਾਲੀ ਹੈ। ਕਬੀਰ ਸਾਹਿਬ ਕਹਿੰਦੇ ਨੇ ਮੈਂ ਸੰਸਾਰ ਦੇ ਉਹਨਾਂ ਲੋਕਾਂ ਨੂੰ ਜਾਣਦਾ ਹੈ ਜਿਹਨਾਂ ਲੋਕਾਂ ਦੇ ਲੰਕਾ ਸੰਕੋਟ ਸਮੁੰਦਰ ਸੀ ਖਾਈ ਅਤੇ ਰਾਵਣ ਘਰ ਕਬਰ ਨਾ ਪਾਈ। ਪਰ ਇਕੱਲੇ ਨਹੀਂ ਸੀ, 1,00,000 ਕਪੂਤ, 1,25,000 ਨਾਸੀ ਅਤੇ ਰਾਵਣ ਘਰ। ਪੰਡਿਤ ਗੁਲਾਬ ਸਿੰਘ ਨਿਰਮਲੇ ਸੰਤ ਹੋਏ, ਬੜੇ ਵਿਦਵਾਨ ਹੋਏ ਨੇ, ਉਹਨਾਂ ਨੇ 5-6 ਪੁਸਤਕਾਂ ਲਿਖੀਆਂ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕੋਈ 25 ਸਾਲ ਬਾਅਦ ਵਿੱਚ, ਯਾਨੀ 1768 ਤੋਂ ਬਾਅਦ 35-36 ਵਿੱਚ ਜਾ ਕੇ ਉਹਨਾਂ ਨੇ ਕਿਤਾਬਾਂ ਲਿਖੀਆਂ। ਉਹਨਾਂ 'ਚ ਇੱਕ ਛੋਟੀ ਜਿਹੀ ਕਿਤਾਬ ਹੈ ਭਾਵ ਸਾਮਰਥ, ਯਾਨੀ ਭਾਵਾਂ ਦੇ ਰਸਾਂ ਦਾ ਅੰਮ੍ਰਿਤ। ਇੰਨੇ ਸੁੰਦਰ ਵਿੱਚ ਉਹਨਾਂ ਨੇ ਕਵਿਤ ਅਤੇ ਸਵਈਏ ਲਿਖੇ।
मैं एक कवित साझा करना चाहना उस संसार की नाशपालता बारे लिखते हैं। वो कहते हैं जिनके रथ नेम दरार सत सागर है नल नल जग मान, जिनके मन चापर गोसन ते सब सैर बटोर तले तर मान, सुर राज जिते जिनके मन के। रामायण पढ़ो ना, जिहड़ा रावण का पुत्र मेघदास सी वो देवत्या के राजे इंद्र नूं बन्ह के ते लखक लाया, इस वजह का नाम इंद्रजीत पै गया। इस विचार संत जी कहते हैं सुर राज जिते जिन के बल के, सुर देवत्या का राजा भी जिन अपने बल शक्ति ना जिंद लिया, जमराज बने जिनके मन माही, और जमराजा भी जिन्होंने बल शक्ति ताकत तो घबरा डरता सी। अखीली गल कहते मन तेज भीतर ना है, अपने मन में संबोधन करते ने मन सोच वो भी संसार से नहीं रहे, अब और की बात कहा को माही और किसी की की गल कहनी। दसम पातशाह ने बड़ा सुंदर वचन किया, महाराज कहते जिते राम हुए सभी अंत हुए, जिते राम हुए सभी अंत हुए, जिते कृष्ण भये सभी अंत जाए, रहेगा बचेगा हरे काल होगा। बड़ा भयंत है काल, इन्ना भयावक है कि यह एक पल भी किसी ने छड़न लई तैयार नहीं। गुरु अर्जन देव जी का वचन है गण कर ले सब देव सुशासन है वढ़न कटन तिल सार। इतिहास के पन्ने छोटी जी साखी आती है गोपी चंद राजे, नौजवान है 22-24 साल की उम्र है, कपड़े उतारे शराब कर लगा, सेवादार मालिश कर रहे ने पानी भर के दे रहे ने, उसकी माता अकाली बैठ के देख रही है। जब बच्चे ने कपड़े उतारे नौजवान से माँ का दिल बड़ा खुश होया कि मेरा पुत्र इतना सुंदर है कितना जवान है। कबीर ने इस विचार को अपने शब्दों से कहा माता जान तो शुद्ध बड़ा हो गया है। माँ कहती मेरा पुत्र अज 20 साल का हो गया, मेरा पुत्र अज 25 साल का हो गया। ये कबीर साहब कहते एक दाग ना जाते इतना नहीं जानती कि दिन दिन अब विकट है, 25 साल का होया नहीं, अगर उसकी 75 साल उम्र तो 25 मनफी च हो गए, 50 रह गए बाकी 25 हो बैठे गुआ दे। तो माँ बड़ी खुश हुई, एक पल खुश हुई दूजे पल तो अखा चो हंझू आए। देवदेवता जो गोपी चंद ने देखा माँ वाल तो चेहरे चो चेहरे से देखा हंझू बग रहे थे, नौका छड़ दिता गया जाके माँ के पाँव पकड़े, माँ श्री तेन कि दुख दिता तेरे अखा च हंझू क्यों आए। पुत्र कहती कोई गल अज की माँ बेचारी रो रो के हंझू सुख रहे थे। अमीर घर दिया माव जो बिरध आश्रम का सरकार की पेंशन का उड़ीक कर रही है, घर में बहुत कुछ होंगे भी माव ने पान की समझ नहीं आई। गुरु ग्रंथ साहब आदेश कर रहा, असं सारे गुरु ग्रंथ साहब मनते हैं, गुरु ग्रंथ साहब कर रहे हैं कह रहे हैं कि कहते हैं हाँ गुरदेव माता गुरदेव पिता गुरदेव स्वामी परमेश्वर। अफसोस है असं गुरु ग्रंथ साहब मान रहे हैं पर गुरु ग्रंथ साहब की नहीं मान रहे, उन्होंने असं पढ़ना नहीं चाहते, विचारना नहीं चाहते, अपनी जिंदगी से धारना नहीं चाहते। समा बड़ी तेजी ना जा रहा, मैं 2-3 मिनट की बोल रहे माँ दसो की होया। कह लगी पुत्र कुछ नहीं होया, जो बच्चे ने जिद की कह लगी पुत्र तेरा जरा पिता से ना कि तेरे गिठ जवान से तेरे बड़ा ताकतवर से बड़ा सुंदर से, पर काल ने एक चपेट दाली संसार में चला गया। माँ फिर मैनू की करना चाहिए, माँ कहते पुत्र परमेश्वर का नाम परमेश्वर आराधी है जेतू हो पतक यह काम कर। जो फिर राजपाल छद के चलिया तो माँ का फिर दिल दह लिया, कहती माँ पुत्र फिर तू राजभाग ना छड पर सिमरन जरूर कर। चलो चंगी गल है, गुरु नानक का सिद्धांत भी यही कहता कि संसार में इस समाज में रहन केवल हसंदया खलंदया फिरंदया खबंदया बिचे होए मुक्त के धारनी बनना। एक छोटी जी गल कह के प्रभोर कर पांडवों का जंग हो रहा है कौरवों नाल कुरुक्षेत्र की धरती, अज 14वां दिन सी जदों अभिमन्यु चक्रव्यूह संसार में सदा ने खत्म कर दिता।
ਜਦੋਂ ਅਰਜਨ ਨੂੰ ਪਤਾ ਲੱਗਿਆ ਕਿ ਤੇਰਾ ਪੁੱਤਰ ਅਭਿਮਨੂ ਸੰਸਾਰ 'ਚ ਚਲਾ ਗਿਆ, ਉਹਨੂੰ ਬੜਾ ਦੁੱਖ ਹੋਇਆ, ਉਹਨੇ ਤਰਸ਼ ਰੱਖ ਦਿੱਤਾ। ਭਗਵਾਨ ਕ੍ਰਿਸ਼ਨ ਨੂੰ ਕਹਿੰਦਾ ਮੈਂ ਲੜਾਈ ਨਹੀਂ ਕਰਾਂਗਾ। ਭਗਵਾਨ ਕ੍ਰਿਸ਼ਨ ਉਹਨੂੰ ਯਾਦ ਦਿਲਵਾ ਰਹੇ ਨੇ ਖੱਤਰੀ ਪੁੱਤਰ ਹੈ, ਇਸ ਲਈ ਯੁੱਧ ਹੋ ਰਿਹਾ ਧਰਮ ਦਾ, ਤੇਰਾ ਧਿਆਨ ਰੱਖਣਾ ਮਾੜਾ ਹੈ। ਪਰ ਕਹਿੰਦਾ ਨਹੀਂ ਭਗਵਾਨ, ਜਦ ਤੱਕ ਤੁਸੀਂ ਮੇਰਾ ਪੁੱਤਰ ਜਿਉਂਦਾ ਨਹੀਂ ਕਰਦੇ ਮੈਂ ਲੜਨ ਲਈ ਤਿਆਰ ਨਹੀਂ। ਭਗਵਾਨ ਕ੍ਰਿਸ਼ਨ ਨੇ ਇੱਕ ਛੋਟਾ ਜਿਹਾ ਤਰੀਕਾ ਸੋਚਿਆ। ਰਾਤ ਵਿੱਚ ਇੱਕ ਲੋਟਾ ਪਿਆ ਸੀ, ਗੜਬਾ ਪਿਆ ਸੀ, ਕਹਿਣ ਲੱਗੇ ਸਿਰੇ ਸਰੋਵਰ ਜਿਹੜਾ ਹੈ ਨਾ ਬ੍ਰਹਮਕੁੰਡ ਵਿੱਚ ਪਾਣੀ ਭਰ ਲਿਆ। ਦੌੜ ਕੇ ਗਿਆ, ਪਾਣੀ ਦਾ ਗੜਬਾ ਭਰ ਕੇ ਕ੍ਰਿਸ਼ਨ ਦੇ ਮੋਹਰੇ ਕੀਤਾ। ਕਹਿਣ ਲੱਗਾ ਭਗਵਾਨ ਛੇਤੀ ਕਰੋ, ਬੜੀ ਦੇਰ ਹੋ ਰਹੀ ਹੈ, ਮੇਰੇ ਪੁੱਤਰ ਨੂੰ ਜਿਉਂਦਾ ਕਰੋ, ਮੈਂ ਰਹਿ ਨਹੀਂ ਸਕਦਾ। ਭਗਵਾਨ ਨੇ ਫਿਰ ਸਮਝਾਇਆ, ਪਰ ਮਮਤਾ ਇੱਕ ਇਹੋ ਜਿਹਾ ਜਾਲ ਹੈ। ਮੈਂ ਸਮਝਦਾ ਸੰਸਾਰ ਦੇ ਹਰ ਗੋਖਰੂ ਆਦਮੀ ਮਮਤਾ ਦੇ ਮੋਹ ਦੇ ਜਾਲ ਕਰਕੇ ਸਹਿੰਦਾ ਹੈ। ਅਗਰ ਮੋਹ ਦਾ ਜਾਲ ਨਾ ਹੋਵੇ, ਮਾਂ ਕਦੇ ਪੁੱਤਰ ਪੈਦਾ ਨਾ ਕਰੇ। ਮੋਹ ਦਾ ਜਾਲ ਨਾ ਹੋਵੇ, ਆਦਮੀ ਕਿਸੇ ਦੀ ਪਰਵਾਹ ਨਾ ਕਰੇ। ਤੋ ਦੂਜੀ ਵਾਰੀ ਭਗਵਾਨ ਕਹਿਣ ਲੱਗੇ ਅਰਜਨ ਕਿ ਪਾਣੀ ਤੋਂ ਬ੍ਰਹਮ ਸੋਵਰ ਵਿੱਚ ਫਿਰ ਸੁੱਟ ਕੇ। ਅਰਜਨ ਦੌੜ ਕੇ ਗਿਆ, ਪਾਣੀ ਬ੍ਰਹਮ ਸੋਵਰ 'ਚ ਸੁੱਟਤਾ। ਖਾਲੀ ਗੜਬਾ ਲੈ ਕੇ ਜਦੋਂ ਕ੍ਰਿਸ਼ਨ ਕੋਲ ਆਇਆ, ਕ੍ਰਿਸ਼ਨ ਕਹਿਣ ਲੱਗਿਆ ਅਰਜਨ ਇੱਕ ਕੰਮ ਥੋੜ੍ਹਾ ਜਿਹਾ ਹੋਰ ਕਰ, ਮੈਂ ਤੇਰਾ ਪੁੱਤਰ ਮੈਨੂੰ ਜਿੰਦਾ ਕਰ ਦੇਣਾ। ਕਹਿਣ ਲੱਗਾ ਭਗਵਾਨ ਛੇਤੀ ਦੱਸੋ। ਕਹਿਣ ਲੱਗੇ ਜਿਹੜਾ ਗੜਬੇ ਵਾਲਾ ਪਾਣੀ ਸਰੋਵਰ 'ਚ ਪਾ ਕੇ ਆਏ ਨਾ, ਉਹ ਪਾਣੀ ਵਾਪਸ ਲੈ ਆ। ਗੜਬਾ ਖਾਲੀ ਹੱਥਾਂ 'ਚ ਥੱਲੇ ਡਿੱਗ ਪਿਆ। ਕਹਿਣ ਲੱਗਾ ਭਗਵਾਨ ਪਾਣੀ ਵੱਖ ਨਹੀਂ ਹੋ ਸਕਦਾ। ਭਗਵਾਨ ਕਹਿੰਦੇ ਅਰਜਨ ਅਭਿਮਨੂ ਜਿਹੜਾ ਬਹਾਦਰਾਂ ਦੀ ਮੌਤ ਮਰਿਆ, ਉਹ ਚਲਾ ਗਿਆ ਗੁਰੂ ਪਰਮਾਤਮਾ ਦੀ ਗੋਦ 'ਚ ਚਲਾ ਗਿਆ, ਉਹ ਪੱਖ ਨਹੀਂ ਹੋ ਸਕਦਾ। ਸੰਸਾਰ ਵਿੱਚ ਜੀਵ ਬਹੁਤ ਆਉਂਦੇ ਨੇ, ਵੈਸੇ ਕਰਮਾਂ ਸੰਦਰ ਰੱਖੀਏ ਬਾਣੀ 'ਚ ਬੰਨਿਆ, ਕਰਮਾਂ ਦੇ ਅਨੁਸਾਰ ਸੰਸਾਰ ਨੂੰ ਭਾਰ ਭਾਰਾ ਹੁੰਦਾ ਹੈ। ਜੀਤ ਸਿੰਘ ਦੀ ਆਤਮਾ ਨੂੰ ਸਦੀਵ ਕਾਲ ਆਪਣੇ ਚਰਨਾਂ 'ਚ ਨਿਵਾਸ ਦੇਣਾ, ਮਰਨ ਜੰਮ ਦੇ ਗੇਟ ਤੋਂ ਮੁਕਤ ਕਰਨਾ, ਔਰ ਪਰਿਵਾਰ ਵਿੱਚ ਜੋ ਜੀਵ ਦਾ ਘਾਟਾ ਪਿਆ ਪੂਰਾ ਕਰਨਾ, ਔਰ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਦੇਣਾ। ਮੈਂ ਸਮੁੱਚੇ ਡੇਰੇ ਦੀ ਸਾਧ ਸੰਗਤ ਵੱਲੋਂ ਫਿਰ ਮੈਂ ਦੁਬਾਰਾ ਸਾਰੇ ਪਰਿਵਾਰ ਨਾਲ, ਜਿਹਨੂੰ ਮੈਂ ਸਮਝਦਾ ਇੱਡਾ ਲੰਬਾ ਸਮਾਂ 55-60 ਸਾਲ ਤੱਕ ਇਸ ਪਰਿਵਾਰ ਨਾਲ ਨੇੜਤਾ ਰਹੀ ਹੈ, ਮੈਂ ਆਪਣੇ ਦਿਲ ਦੀ ਗਹਿਰਾਈ ਤੋਂ ਜਿੱਥੇ ਉਹਨਾਂ ਨਾਲ ਹਮਦਰਦੀ ਦੁੱਖ ਸਾਂਝਾ ਕਰਦਾ, ਉੱਥੇ ਮੈਂ ਦਿਲ ਦੀ ਗਹਿਰਾਈ ਤੋਂ ਵਾਕਾਂਜਲੀ ਭਾਵਾਂਜਲੀ ਬਾਬੂ ਸੁਰਜੀਤ ਸਿੰਘ ਜੀ ਨੂੰ ਅਰਪਣ ਕਰਦਾ। ਔਰ ਮੇਰੀ ਕਾਮਨਾ, ਮੇਰੀ ਅਰਦਾਸ ਹੈ ਪਾਤਸ਼ਾਹ ਬਾਬੂ ਜੀ ਨੂੰ ਸਜੀਵ ਕਾਲ ਆਪਣੇ ਚਰਨਾਂ 'ਚ ਨਿਵਾਸ ਦੇ ਕੇ ਮਰਨ ਜਮਨ ਦੇ ਗੇਟ ਤੋਂ ਮੁਕਤ ਕਰਨਾ, ਇੰਨੇ ਸ਼ਬਦ ਪ੍ਰਵਾਨ ਕਰਨਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਸਿਆਸੀ ਲੋਕ ਵੀ ਆਏ ਨੇ। ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਗੁਰੂ ਜੀ ਸਹਾਇ, ਗੁਰੂ ਜੀ ਸਿਮਰਕ ਹੈ। ਗੁਰੂ ਨਾਨਕ ਲਈ ਧਿਆਏ ਫਿਰ ਭਗਤ ਗੁਰ ਤੇਗ ਬਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਜਿੱਠਿਆਂ ਸਭ ਤੋਂ ਬਜਾਏ ਇਹ ਬਹਾਦਰ ਸਿਮਰੀ ਹੈ। ਘਰ ਨੌਂ ਦਿਆਵੇਂ ਧਾਏ ਸਭ ਥਾਈ ਹੁਣ ਸਾਹਿਬ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹਲ ਫਲ ਕੇ ਮਾਲਕ, ਦੋ ਜਹਾਨ ਦੇ ਬਾਲੀ ਸ਼ਮਸ਼ੀਰੇ ਬਹਾਦਰ, ਇਹ ਦੁਨੀਆਂ ਕੇ ਰੱਖਿਓ ਸਭ ਥਾਈ ਹੁਣ ਸਹਾਏ। ਸਤਿ ਸ੍ਰੀ ਅਕਾਲ ਜੀ ਕੀ ਸਾਧ ਸੰਗਤ, ਬੋਲਣਾ ਜੀ ਸਤਨਾਮ। ਦਸਾਂ ਪਾਤਸ਼ਾਹੀਆਂ ਸਮੂਹ ਭਗਤਾਂ ਕੀ ਉਪਦੇਸ਼ ਆਸਤੇ, ਧੰਨ ਧੰਨ ਵਾਹੋ ਵਾਹੋ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰੇ ਵੱਲ ਧਿਆਨ ਕਰਕੇ ਸਾਧ ਸੰਗਤ, ਬੋਲਣਾ ਜੀ ਸਤਨਾਮ। ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਰੇ ਮੁਕਤੇ ਜਿਹਨਾਂ ਪਿਆਰਾ ਨਾਮ ਜਪਿਆ ਬਣ ਸਕਿਆ, ਦੇਖ ਲਾਈ ਦੇ ਗਵਾਹੀ ਦੇਖ ਕੇ ਅਡਟ ਕੀਤਾ, ਤੇਰੇ ਭਾਂਡੇ ਨੂੰ ਮਿੱਠਾ ਕਰਕੇ ਬੰਨਿਆ, ਕਹਿ ਕੇ ਸਹਿ ਕਸ਼ਟ ਸਹਾਰ ਦੇ ਸ਼ਹੀਦ ਹੋ ਗਏ। ਇਹਨਾਂ ਬੇਅੰਤ ਸਿੰਘਾਂ ਸਿਮਰੀ ਆਪਣੇ ਚੰਗੀਆਂ ਬਜ਼ੁਰਗਾਂ ਦੀ ਕਮਾਈ ਦਾ ਧਿਆਨ ਕਰਕੇ ਸਾਧ ਸੰਗ ਬੋਲਣ ਸਤਨਾਮ। ਸਭੋ ਗੁਰਦੁਆਰੇ ਤੀਰਥ ਪਵਿੱਤਰ ਸਥਾਨਾਂ ਮਕਾਨਾਂ ਝੰਡੇ ਗੁਰਗੇ ਈਸ਼ਵਰ ਜਪੀਆਂ ਸਭੀਆਂ ਨਦੀਆਂ ਗੋਰੀ ਸਰਵ ਸੰਤਾਂ ਮਹਾਂਪੁਰਸ਼ਾਂ ਬਜ਼ੁਰਗਾਂ ਦੀ ਕਮਾਈ ਦਾ ਧਿਆਨ ਕਰਕੇ ਸਾਧ ਬਟਾਲ ਵਾਹਿਗੁਰੂ ਸਾਹਿਬ ਜੀਓ, ਜਹਾਂ ਜਹਾਂ ਖਾਲਸਾ ਅਵਤਾਰ ਇਛਾ ਰਹਿਤ ਦੇਖ ਦੇਖ ਫਤਿਹ।
ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਸੇਵਕਾਂ ਦਾ ਮਨ ਨੀਵਾਂ ਮਤ ਉੱਚੀ ਮਤਮਤ ਕਰ ਰੱਖਾ ਆਪੇ ਕਰ ਪ੍ਰਤੀ ਦਿਆ ਕਿਰਪਾ ਧਾਮ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਹੋ ਧਰਮ ਕਾ ਜੈਕਾਰ ਮੈਂ ਬੋਲਣਾ ਸਤਨਾਮ ਇਹ ਦੀਨਾ ਬੰਧੂ ਦੀਨਾ ਨਾਥ ਪਤਿਤ ਪਾਵਨ ਪਰਮ ਪਿਤਾ ਜਗਦੀਸ਼ਵਰ ਈਸ਼ਵਰ ਅੰਤਰ ਜਾਵੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਪਾਤਸ਼ਾਹ ਆਪ ਜੀ ਦੇ ਮਹਾਨ ਬਾਗ ਨੇ ਜਿਹਾ ਚੀਰੀ ਲਿਖਿਆ ਤੇਰਾ ਵਾਹਿਗੁਰੂ ਇਕੱਲੇ ਆਵੇ ਨਾਨਕ ਸਦੇ ਉੱਠੀ ਜਾਏ ਦੇ ਮਹਾਂਭਾਗ ਅਨੁਸਾਰ ਪਾਤਸ਼ਾਹ ਆਪ ਜੀ ਦੇ ਦਰ ਕਰਦੇ ਪ੍ਰੀਤ ਦੀਵਾਨ ਬਾਬੂ ਸੰਜੀਤ ਸਿੰਘ ਜੀ ਜੋ ਪੰਜ ਭੂਤਕ ਸਰੀਰ ਤਿਆਗ ਰੱਖੇ ਪਿਛਲੇ ਦੇ ਜੀ ਆਪਦੇ ਚਿੰਤਾ ਪੰਜਾਬ ਰਾਜੇ ਸਿੰਘ ਪਾਤਸ਼ਾਹ ਉਹਨਾਂ ਦੇ ਨਿਮਿਤ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਧਾਰਨ ਪਾਠ ਪ੍ਰਾਰੰਭ ਹੋਏ ਸਨ ਭੋਗ ਪਾਏ ਉਪਰੰਤ ਡੇਰਾ ਵਿਖੇ ਸੱਚ ਪਾਤਸ਼ਾਹ ਉਹਨਾਂ ਦੇ ਨਿਮਿਤ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਗੁਰਬਾਣੀ ਦਾ ਰਸ ਅਨਾਵਰਤ ਕੀਰਤਨ ਕੀਤਾ ਗਿਆ ਅੱਖਾਂ ਵਿੱਚ ਆਰਾ ਹੋਈਆਂ ਪਾਤਸ਼ਾਹ ਬਾਣੀ ਦਾ ਫਲ ਬਾਬੂ ਸਰਜੀਤ ਸਿੰਘ ਦੀ ਆਤਮਾ ਨੂੰ ਬਖਸ਼ਣਾ ਸਦੀਵ ਕਾਲ ਆਪਣੇ ਚਰਨਾਂ 'ਚ ਨਿਵਾਸ ਲੈਣਾ ਮਰਨ ਜਮਨ ਦੇ ਗੇੜ ਤੋਂ ਮੁਕਤ ਕਰਨਾ ਔਰ ਪਰਿਵਾਰ ਸ਼ਾਖਾ ਭੇਟ ਕੀਤਾ ਗਿਆ ਆਪਣੇ ਅਗਲਾ ਦੇ ਸੇਵਕਾਂ ਦੇ ਪਰਦੇ ਕੱਢਣੇ ਲੋਕ ਪ੍ਰਲੋਕ ਪੱਤ ਕੀ ਦੇਸ਼ ਪ੍ਰਦੇਸ਼ ਸਹਿਤਾ ਕਰੀ ਤੰਤਰ ਜਾਵੀ ਜੀਓ ਆਪ ਜੀ ਦਿੱਤੀ ਦਾਤਾ ਵਿੱਚ ਉਖਲਾ ਪ੍ਰਸ਼ਾਦੀ ਦੇਗਾ ਆਦਰ ਨੇ ਲੰਗਰ ਹਾਜ਼ਰ ਹੈ ਆਪ ਜੀ ਕੋਲ ਭੋਗ ਲਗੇ ਸੀ ਪ੍ਰਸਾਦ ਸਰਬ ਸਾਧ ਸਿੰਘ ਦੇ ਰਸਮੀ ਲਾਈ ਕੋਲ ਸ਼ਕਤੀ ਚਰਨਾਮ ਜਪੀਏ ਜੋ ਬਾਈ ਭਾਈ ਸਭ ਸਮੇਂ ਦੇ ਰੂਪ ਵਿੱਚ ਆਪ ਜੀ ਦੇ ਚਰਨਾਂ ਵਿੱਚ ਆਏ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਆਇਆ ਸਦਾ ਸਫ਼ਰ ਕਰਨਾ ਸਭ ਨੂੰ ਦਰੋ ਕਰੋ ਨਾਮਦਾਨ ਬਖਸ਼ ਕੇ ਕਿਰਪਾਸ ਕਰਨਾ ਹਰਮਦਾਨ ਫਤਿਹ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ
ਇਸ ਅਸਥਾਨ ਤੇ ਡੇਰਾ ਗੁਰੂ ਸਰ ਖੁੱਡਾ ਵਿਖੇ ਕੀਰਤਨ ਸਮਾਗਮ ਹੋਇਆ। ਮਹਾਂਪੁਰਖਾਂ ਨੇ ਕਥਾ ਵਿਚਾਰਾਂ ਕੀਤੀਆਂ ਅਤੇ ਭਾਈ ਸੁਰਜੀਤ ਸਿੰਘ ਜੀ ਦੀ ਆਤਮਿਕ ਸ਼ਾਂਤੀ ਦੇ ਲਈ ਸਮੂਹ ਸੰਗਤ ਦੇ ਵੱਲੋਂ ਅਰਦਾਸ ਬੇਨਤੀ ਕੀਤੀ ਗਈ। ਇਸਦੇ ਨਾਲ ਹੀ ਇਸ ਸਮਾਗਮ ਦੇ ਵਿੱਚ ਕੁਝ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵੀ ਪਹੁੰਚੀਆਂ ਹੋਈਆਂ ਨੇ। ਅਸੀਂ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਕਰਦੇ ਹਾਂ ਅਤੇ ਇਸਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਦੇ ਪ੍ਰਿੰਸੀਪਲ ਸਰਦਾਰ ਭਾਰਤ ਭੂਸ਼ਣ ਜੀ ਅਤੇ ਸੁਖਵਿੰਦਰ ਕੌਰ ਪ੍ਰਿੰਸੀਪਲ ਵੱਲੋਂ ਸ਼ੋਕ ਸੰਦੇਸ਼ ਵੀ ਭੇਜਿਆ ਗਿਆ ਆ ਜੋ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਵਿਖੇ ਪ੍ਰਿੰਸੀਪਲ ਸਾਹਿਬ ਜੀ ਦੀ ਅਗਵਾਈ ਹੇਠ ਸਾਰੇ ਸਕੂਲ ਸਟਾਫ ਦੀ ਇਕੱਤਰਤਾ ਹੋਈ, ਜਿਸ ਵਿੱਚ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਰਦਾਰ ਸੁਰਜੀਤ ਸਿੰਘ ਜੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਦੁਆਰਾ ਕੀਤੇ ਗਏ ਸਮਾਜ ਸੇਵਾ ਦੇ ਕੰਮਾਂ ਨੂੰ ਯਾਦ ਕੀਤਾ ਗਿਆ। ਅੱਜ ਉਹਨਾਂ ਦੀ ਅੰਤਿਮ ਅਰਦਾਸ ਤੇ ਸਾਰਾ ਸਕੂਲ ਸਟਾਫ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਅਤੇ ਪੂਰੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸਦੀਵ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਵੱਲੋਂ ਪ੍ਰਿੰਸੀਪਲ ਅਤੇ ਸਮੂਹ ਸਟਾਫ ਸੋ ਪਰਿਵਾਰ ਵੱਲੋਂ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਅਤੇ ਇਸਦੇ ਨਾਲ ਹੀ ਮਹਾਂਪੁਰਖ ਸੰਤ ਬਾਬਾ ਹਰਚਰਨ ਸਿੰਘ ਜੀ ਰਮਦਾਸਪੁਰ ਵਾਲੇ ਉਹਨਾਂ ਦੇ ਨੁਮਾਇੰਦੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਭਾਈ ਸੁਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਤੇ ਉਹਨਾਂ ਨੇ ਪਰਿਵਾਰ ਦੇ ਮੈਂਬਰ ਨੂੰ ਸਰੋਪਾ ਅਤੇ ਦੁਸ਼ਾਲਾ ਵੀ ਅਰਪਣ ਕਰਨਾ ਹੈ। ਇਸਦੇ ਨਾਲ ਹੀ ਜਥੇਦਾਰ ਵਰਿੰਦਰ ਸਿੰਘ ਜੀ ਜੀਆ ਨੱਥਾ ਉਹ ਵੀ ਇੱਥੇ ਸਮਾਗਮ ਦੇ ਵਿੱਚ ਪਹੁੰਚੇ ਹੋਏ ਨੇ। ਧੰਨਵਾਦ ਕਰਦੇ ਹਾਂ। ਟੀਵੀ ਚੈਨਲਾਂ ਅਤੇ ਪੱਤਰਕਾਰ ਵੀ ਪਹੁੰਚੇ ਹੋਏ ਨੇ, ਸਾਰੇ ਦਾ ਧੰਨਵਾਦ। ਇਸਦੇ ਨਾਲ ਹੀ ਕਮਿਸ਼ਨਰ ਸਰਦਾਰ ਲਖਵਿੰਦਰ ਸਿੰਘ ਜੀ ਲੱਖੀ ਉਹ ਇਸ ਸਮਾਗਮ ਦੇ ਵਿੱਚ ਭਾਈ ਸੁਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਪਹੁੰਚੇ ਨੇ। ਸਰਦਾਰ ਲਖਵਿੰਦਰ ਸਿੰਘ ਲੱਖੀ ਜੀ ਨੂੰ ਬੇਨਤੀ ਕਰਾਂਗੇ ਕਿ ਉਹ 2 ਮਿੰਟ ਵਾਸਤੇ ਸਟੇਜ ਦੇ ਉੱਤੇ ਆ ਕੇ ਭਾਈ ਸੁਰਜੀਤ ਸਿੰਘ ਨੂੰ ਸ਼ਰਧਾ ਦੇ ਜਿਹੜੇ ਫੁੱਲ ਆ ਉਹ ਅਰਪਣ ਕਰਨ। ਇਸਦੇ ਨਾਲ ਹੀ ਸਰਦਾਰ ਸੰਗਤ ਸਿੰਘ ਜੀ ਗਿੱਲ ਦੀਆਂ MLA ਉਹਨਾਂ ਦੇ ਨੁਮਾਇੰਦੇ ਵੀ ਇੱਥੇ ਪਹੁੰਚੇ ਹੋਏ ਨੇ, ਉਹ ਵੀ ਆਪਣਾ ਨਾਮ ਲਿਖਾ ਦੇਣ ਤੇ ਉਹ ਵੀ ਸਰਦਾਰ ਸੁਰਜੀਤ ਸਿੰਘ ਨੂੰ ਸ਼ਰਧਾਂਜਲੀ ਅਰਪਣ ਕਰਨਗੇ। ਸੋ ਭਾਈ ਲਖਵਿੰਦਰ ਸਿੰਘ ਜੀ ਲੱਖੀ ਕਮਿਸ਼ਨਰ ਸਾਹਿਬ 2 ਮਿੰਟਾਂ ਲਈ ਸ਼ਰਧਾ ਦੇ ਫੁੱਲ ਅਰਪਣ ਕਰਨਗੇ। ਵਾਹਿਗੁਰੂ ਸਭੇ ਕਬਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਬੈਠੇ ਪੂਰੇ ਪਾਤਸ਼ਾਹ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਰਨ ਰਖਾਏ ਮੰਡਲ ਮੇ ਆਏ। ਇਨਸਾਨ ਜਦੋਂ ਵੀ ਇਸ ਦੁਨੀਆਂ 'ਤੇ ਆਉਂਦਾ ਹੈ ਮੌਤ ਆਪਣੀ ਲਿਖਾ ਕੇ ਆਉਂਦਾ ਹੈ। ਮੌਤ ਇੱਕ ਡਰ ਸੱਚਾਈ ਹੈ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਿਤਾ ਸਮਾਨ ਬਹੁਤ ਸੁਰਜੀਤ ਸਿੰਘ ਜੀ ਜੋ ਕੁਝ ਦਿਨ ਪਹਿਲੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਛੋੜਾ ਦੇ ਗਏ ਸਨ, ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਗੁਰਮਹਾਰਾਜ ਦਾ ਉਪਦੇਸ਼ ਸੱਦਿਆ ਉਪਰੰਤ ਗੁਰਦੁਆਰਾ ਸਾਹਿਬ ਸੰਤ ਬਾਬਾ ਤੇਜਾ ਸਿੰਘ ਉਹਨਾਂ ਦੇ ਗੁਰਪੁਰ ਵਿੱਚ ਬਾਬਾ ਜੀ ਨੇ ਕੀਰਤਨ ਕਰਕੇ ਮਿੱਠੀ ਰੂਪ ਸ਼ਰਧਾ ਦੇ ਫੁਰਬੇ ਕੀਤੇ ਹਨ। ਸੋ ਕਈ ਸਾਹਿਬ ਸਿੰਘ ਜੀ ਉਹ ਇਹ ਗੱਲ ਕਰ ਲਈਏ ਸਰਦਾਰ ਸੁਰਜੀਤ ਸਿੰਘ ਜੀ ਔਰ ਉਸ ਦਿਨ ਜਿੱਦਣ ਸੰਸਕਾਰ ਸੀ ਤੋ ਅੱਜ ਅੰਤਿਮ ਅਰਦਾਸ ਹੈ ਔਰ ਜਿੱਦਾਂ ਗੁਰੂ ਘਰ ਭਰਿਆ ਹੈ ਇਸ ਤਰ੍ਹਾਂ ਹੀ ਬਾਹਰਲਾ ਵੀ ਪੂਰਾ ਪੰਡਾਲ ਭਰਿਆ ਹੋਇਆ ਹੈ। ਇੱਥੋਂ ਪਤਾ ਲੱਗਦਾ ਹੈ ਕਿ ਬਾਊ ਜੀ ਨੇ ਬਹੁਤ ਵਧੀਆ ਜਿੱਥੇ ਆਪਣੇ ਕਾਰੋਬਾਰ ਕੀਤੇ ਬੱਚਿਆਂ ਨੂੰ ਸੈਟਲ ਕੀਤਾ ਉੱਥੇ ਆਪਣਾ ਵੀ ਉਹਨਾਂ ਬੜਾ ਵਧੀਆ ਨਾਮਾ ਕੱਟਿਆ। ਮੈਂ ਜਦੋਂ ਕਦੇ ਲੰਘਦਾ ਸੀ ਦੁਕਾਨ 'ਤੇ ਰੁਕ ਕੇ ਜਾਣਾ ਔਰ ਚੇਚਾ ਕਿਉਂਕਿ ਭਾਈ ਸਾਹਿਬ ਦੇ ਬਾਹਰ ਨੇ ਰੀਟਾ ਜੀ ਦੇ ਦੁਕਾਨ 'ਤੇ ਹੋਣਾ ਇਹਨਾਂ ਨੇ ਚਾਹ ਮਕਾਨੀ ਕਹਿਣਾ ਨਹੀਂ ਕਾਕਾ ਨਾਲ ਪਕੌੜੇ ਜੋੜਨਾ ਕਿਉਂਕਿ ਬਹੁਤ ਵਧੀਆ ਸੁਭਾਅ ਦੇ ਵੀ ਮਿਲ ਕੇ ਜਾਈਦਾ ਸੀ। ਕੀਤਾ ਕੁਛ ਨਹੀਂ ਜਾ ਸਕਦਾ, ਭਾਣਾ ਪਰਮਾਤਮਾ ਦਾ ਹੁੰਦਾ ਹੈ, ਮੰਨਣਾ ਪੈਂਦਾ ਹੈ ਕਿਉਂਕਿ ਇੱਕ ਵੀ ਸਵਾਸ ਅਸੀਂ ਭਾਰਤ ਨਹੀਂ ਲੈ ਸਕਦੇ। ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਪਿਤਾ ਸਮਾਨ ਬਹੁਤ ਸੁਰਜੀਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਕਰਦਾ ਹਾਂ, ਅਰਦਾਸ ਕਰਦੇ ਹਾਂ ਪਿੱਛੇ ਪਰਿਵਾਰ ਦੇ ਬੱਚਿਆਂ ਦੇ ਪਰਮਾਤਮਾ ਮੇਰੇ ਹੱਥ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਰਦਾਰ ਲਖਵਿੰਦਰ ਸਿੰਘ ਜੀ ਲੱਖੀ
ਜਿਨ੍ਹਾਂ ਨੇ ਸਵਰਗ ਵਾਸੀ ਸੁਰਜੀਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੀ ਆ। ਸੋ ਇਸਦੇ ਨਾਲ ਹੀ ਜਥੇਦਾਰ ਵਰਿੰਦਰ ਸਿੰਘ ਜੀ ਜੀਆ ਨੱਥਾ ਤੋਂ ਉਹ ਕੇਵਲ 2 ਮਿੰਟਾਂ ਵਾਸਤੇ ਸਰਦਾਰ ਸੁਰਜੀਤ ਸਿੰਘ ਜੀ ਹੋਣਾ ਨੂੰ ਸ਼ਰਧਾਂਜਲੀ ਅਰਪਣ ਕਰਨਗੇ। ਇਸ ਪਿੰਡ ਦੇ ਮੰਦਿਰ ਦੇ ਵਿੱਚੋਂ ਸਤਿਕਾਰ ਲੋਕ ਪੰਡਿਤ ਜੀ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਨੇ। ਪਰਿਵਾਰ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਆ ਅਤੇ ਭਾਈ ਮਨਪ੍ਰੀਤ ਸਿੰਘ ਜੀ ਮੰਨਾ ਉਹ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਧੰਨਵਾਦ ਆ। ਸੋਨੂੰ ਵੀਰ ਕੇਰੀਆਂ ਤੋਂ ਵੀ ਪਹੁੰਚੇ ਹੋਏ ਨੇ। ਸੋ ਜਿਹੜੀਆਂ ਵੀ ਧਾਰਮਿਕ ਸ਼ਖਸੀਅਤਾਂ, ਰਾਜਨੀਤਿਕ ਸ਼ਖਸੀਅਤਾਂ ਅਤੇ ਹੋਰ ਵੀ ਬੁਲਾਰੇ ਇੱਥੇ ਪਹੁੰਚੇ ਹੋਏ ਨੇ, ਸਾਰਿਆਂ ਦਾ ਸੰਗਤਾਂ ਦੇ ਵੱਲੋਂ ਮਹੰਤ ਤੇਜਾ ਸਿੰਘ ਜੀ ਦੇ ਵੱਲੋਂ ਧੰਨਵਾਦ ਕੀਤਾ ਜਾਂਦਾ ਆ। ਸੋ ਜਥੇਦਾਰ ਜੀ 2 ਮਿੰਟ ਵਾਸਤੇ ਸੰਬੋਧਨ ਕਰਨਗੇ। ਪਰਮ ਸਤਿਕਾਰਯੋਗ ਸਤਿ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਅਸੀਂ ਕੀਰਤਨ ਸਰਵਣ ਕੀਤਾ। ਸੰਤ ਬਾਬਾ ਤੇਜਾ ਸਿੰਘ ਜੀ ਨੇ ਦੱਸਿਆ ਕਿ ਗੁਰਬਾਣੀ ਵਿੱਚ ਵੀ, ਸਾਡੇ ਧਾਰਮਿਕ ਗ੍ਰੰਥ ਵੀ ਦੱਸਦੇ ਕਿ ਜੋ ਹੋਣੀ ਹੈ ਇਹਨੂੰ ਰੋਕਿਆ ਨਹੀਂ ਜਾ ਸਕਦਾ। ਅਸੀਂ ਵੀ, ਸਾਨੂੰ ਵੀ ਪਤਾ, ਹਰ ਇਨਸਾਨ ਨੂੰ ਪਤਾ ਕਿ ਇਹ ਵਿਛੋੜਾ ਜਿਹੜਾ ਹੈ ਸਦੀਵੀ ਵਿਛੋੜਾ ਹੈ। ਇੱਕ ਆਸ ਹੁੰਦੀ ਹੈ ਬੰਦਾ ਕਿਤੇ ਦੇਸ਼ ਵਿਦੇਸ਼ ਗਿਆ ਹੋਵੇ, ਉਹਦੇ ਪਰਤਣ ਦੀ ਆਸ ਹੁੰਦੀ ਹੈ 10-20 ਸਾਲ ਬਾਅਦ, 50 ਸਾਲ ਬਾਅਦ। ਲੇਕਿਨ ਇੱਕ ਜਦੋਂ ਸਦੀਵੀ ਵਿਛੋੜਾ ਇਨਸਾਨ ਇਸ ਦੁਨੀਆਂ ਤੋਂ ਚਲ ਜਾਂਦਾ, ਉਹ ਕਦੀ ਮੁੜ ਇਸ ਦੁਨੀਆਂ 'ਤੇ ਨਹੀਂ ਆਉਂਦਾ। ਇਹ ਅਟਲ ਸੱਚਾਈ ਹੈ। ਪਰ ਜਿਹੜਾ ਇਨਸਾਨ ਇਸ ਦੁਨੀਆਂ 'ਤੇ ਆ ਕੇ ਚੰਗੇ ਕਰਮ ਕਰਕੇ ਜਾਂਦਾ, ਉਹ ਕਦੀ ਮੰਨਦਾ। ਆਪਾਂ ਇਤਿਹਾਸ ਪੜ੍ਹਦੇ ਹਾਂ, ਜਿੰਨੇ ਯੋਧੇ, ਜਿੰਨੇ ਸਮਾਜ ਸੇਵਕ, ਜਿੰਨੇ ਵਿਦਵਾਨ ਹੋਏ ਆ, ਉਹਨਾਂ ਦਾ ਨਾਮ ਕਦੀ ਮੰਨਦਾ ਨਹੀਂ, ਅਮਰ ਹੋ ਜਾਂਦੇ ਨੇ। ਸੋ ਸਰਦਾਰ ਸੁਰਜੀਤ ਸਿੰਘ ਜੀ, ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਆਪਣਾ ਵਿਜਨ ਨੂੰ ਖੜਾ ਕੀਤਾ, ਮੇਰਾ ਵੀ ਜ਼ਿੰਦਗੀ 'ਚੋਂ 2 ਗੱਲਾਂ ਬਹੁਤ ਲੋਕਲ ਹੋਣ ਦੇ ਨਾਲ 'ਤੇ ਪ੍ਰਭਾਵਿਤ ਹੋਇਆ। ਇੱਕ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਸੀ। ਇਹਨਾਂ ਨੇ ਕਦੀ ਆਮ ਇਨਸਾਨ ਦੇ ਵਿੱਚ ਇਹਨਾਂ ਕਿ ਬੰਦਾ ਦੇਖਦਾ ਕਿ ਮੇਰੇ ਤੋਂ ਤਕੜਾ ਜਾਂ ਮੇਰੇ ਤੋਂ ਅਮੀਰ ਆ, ਅਸੀਂ ਉਹਨੂੰ ਝੁੱਕ ਕੇ ਸਲਾਮ ਕਰਦੇ ਹਾਂ। ਲੇਕਿਨ ਸਰਦਾਰ ਸੁਰਜੀਤ ਸਿੰਘ ਬਾਊ ਜੀ ਦੀ ਇੱਕ ਖਾਸੀਅਤ ਸੀ ਕਿ ਉਹਨੇ ਬੱਚਾ ਦੇਖਿਆ ਜਾਂ ਗਰੀਬ ਦੇਖਿਆ ਜਾਂ ਬਜ਼ੁਰਗ ਦੇਖਿਆ, ਉਹਨੇ ਹਰ ਨੂੰ ਝੁੱਕ ਕੇ ਸਤਿ ਸ੍ਰੀ ਅਕਾਲ ਮਿਲਾਉਣੀ। ਇਹ ਉਹਨਾਂ ਦੀ ਇੱਕ ਬਹੁਤ ਵੱਡੀ ਜਿਹੜੀ ਉਹ ਮੈਂ ਦੇਖਦਾ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਸ਼ਿਕਸ਼ਾ ਸੀ। ਦੂਜੀ ਸ਼ਿਕਸ਼ਾ ਸੀ ਇਹਨਾਂ ਦੋ ਭਰਾਵਾਂ ਦੀ ਆਪਸੀ ਇਤਫਾਕ, ਜਿਹਦੇ ਨਾਲ ਇਹ ਬਿਜ਼ਨਸ ਜਿਹੜਾ ਹੈ ਸਾਡੇ ਲੋਕਾਂ ਨੂੰ, ਸਾਡੇ ਏਰੀਏ ਨੂੰ ਪ੍ਰਭਾਵਿਤ ਕਰਦਾ ਕਿ ਪਰਿਵਾਰਕ ਤੌਰ 'ਤੇ ਇਕੱਠੇ ਰਹਿ ਕੇ ਬਿਜ਼ਨਸ ਨੂੰ ਕਿਸ ਤਰ੍ਹਾਂ ਅੱਗੇ ਵਧਣਾ। ਇਹ ਸਰਦਾਰ ਸੁਰਜੀਤ ਸਿੰਘ ਦੇ ਪਰਿਵਾਰ ਦੀ ਇੱਕ 2 ਚੀਜ਼ਾਂ ਜਿਹੜੀਆਂ ਖਾਸ ਸ਼ਖਸੀਅਤ ਸੀ, ਲੋਕਾਂ ਨੂੰ ਸੇਧ ਸੀ ਜਿਹੜੀ ਉਹਨਾਂ ਨੂੰ ਪ੍ਰਭਾਵਿਤ ਸਾਨੂੰ ਕਰਦੀ ਸੀ। ਸੋ ਇਹ ਜਿਹੜੀਆਂ ਗੱਲਾਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਵਧੀਆ ਸ਼ਿਕਸ਼ਾ ਦਿੱਤੀ, ਬੱਚਿਆਂ ਨੂੰ ਪੜ੍ਹਾਇਆ, ਇਹ ਇੱਕ ਮਾਂ ਬਾਪ ਦਾ ਜਿੱਥੇ ਫਰਜ਼ ਬਣਦਾ ਉਹਨਾਂ ਨੇ ਪੂਰਾ ਨਿਭਾਇਆ। ਸੋ ਮੇਰੇ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਜਿੱਥੇ ਪਰਮਾਤਮਾ ਨੇ ਉਹਨਾਂ ਨੂੰ ਇਹ ਸਦੀਵੀ ਵਿਛੋੜਾ ਦਿੱਤਾ, ਉੱਥੇ ਭਾਣਾ ਮੰਨਣ ਦਾ ਵਰ ਬਖਸ਼ ਪਰਮਾਤਮਾ। ਅਤੇ ਸੱਚੀ ਸੁੱਚੀ ਸਰਬਿਟੀ ਇਹੀ ਹੈ ਕਿ ਉਹਨਾਂ ਦੀ ਜਿਹੜੀਆਂ ਮੇਰੇ ਵੱਲੋਂ ਜਾਂ ਮੈਂ ਜੋ ਉਹਨਾਂ ਦੇ ਜੀਵਨ ਵਿੱਚੋਂ 2 ਗੱਲਾਂ ਤੋਂ ਪ੍ਰਭਾਵਿਤ ਹੋਇਆ, ਸਾਨੂੰ ਉਹ ਗੱਲਾਂ ਜਿਹੜੀਆਂ ਮੰਨ ਕੇ ਸਮਾਜ ਵਿੱਚ ਜ਼ਰੂਰ ਵਿਚਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਰਧਾ ਦੇ ਫੁੱਲ ਅਰਪਣ ਕੀਤੇ ਆ, ਸਾਰੇ ਦੇ ਧੰਨਵਾਦੀ ਹਾਂ। ਹੁਣ ਸਵਰਗ ਵਾਸੀ ਸਰਦਾਰ ਸੁਰਜੀਤ ਸਿੰਘ ਜੀ ਦੇ ਵੱਡੇ ਸਪੁੱਤਰ ਨੂੰ ਸੰਗਤਾਂ ਦੇ ਵੱਲੋਂ ਦਸਤਾਰਬੰਦੀ ਕੀਤੀ ਜਾਣੀ ਹੈ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਕੇਵਲ ਦਸਤਾਰਬੰਦੀ ਹੀ ਕੀਤੀ ਜਾਵੇ, ਇਸਦੇ ਨਾਲ ਕੋਈ ਵੀ ਸ਼ਗਨ ਜਾਂ ਕੱਪੜੇ ਉਹਨਾਂ ਨੇ ਲੈਣ ਤੋਂ ਮਨਾ ਕੀਤੇ ਆ। ਸੋ ਸੰਤ ਬਾਬਾ ਹਰਜਨ ਸਿੰਘ ਜੀ ਰਮਦਾਸਪੁਰ ਵਾਲੇ, ਉਹਨਾਂ ਦੇ ਸੇਵਕ ਵੀ ਇੱਥੇ ਭਾਈ ਦਲਜੀਤ ਸਿੰਘ ਜੀ ਪਹੁੰਚੇ ਹੋਏ ਨੇ ਅਤੇ ਨਾਲ ਹੀ ਸੰਤ ਬਾਬਾ ਤੇਜਾ ਸਿੰਘ ਜੀ ਮਹੰਤ ਗੁਰੂ ਸਾਹਿਬ ਗੁੱਡਾ ਵਾਲੇ, ਉਹ ਸਭ ਤੋਂ ਪਹਿਲਾਂ ਪਰਿਵਾਰ ਦੇ ਨਾਲ ਰਲ ਕੇ ਸਰਦਾਰ ਸੁਰਜੀਤ ਸਿੰਘ ਜੀ ਦੇ ਵੱਡੇ ਸਪੁੱਤਰ ਨੂੰ ਸਰੋਪਾ ਦਸਤਾਰ ਮਸ਼ਾਲਾ ਭੇਟਾ। ਪਰਿਵਾਰ ਵੱਲੋਂ ਵੀ ਜਿਹੜੇ ਕੋਈ ਲੈ ਆਏ ਪਾਪਾ।
ਬਾਬੂ ਸਰਜੀਤ ਸਿੰਘ ਦੇ ਪਰਿਵਾਰ ਵੱਲੋਂ ਧਾਰਮਿਕ ਸਥਾਨਾਂ ਵਾਸਤੇ ਉਹਨਾਂ ਨੇ ਮਾਇਆ ਕੱਢੀ ਹੈ। ਮੇਰੇ ਖਿਆਲ ਬਹੁਤ ਸਾਰੇ ਸੁਸਾਇਟੀਆਂ ਵਾਲੇ ਸਥਾਨਾਂ ਵਾਲੇ ਇੱਥੇ ਹੋਣਗੇ, ਉਹ ਮਾਇਆ ਲੈ ਲੈਣ, ਜਿਹੜੇ ਰਹਿ ਜਾਣਗੇ ਉਹ ਬਾਅਦ ਵਿੱਚ ਉਹਨਾਂ ਨਾਲ ਸੰਪਰਕ ਕਰ ਲੈਣ। ਨਿਸ਼ਕਾਮ ਸੇਵਾ ਸੁਸਾਇਟੀ ਖੁੱਡਾ, ਨਿਸ਼ਕਾਮ ਸੇਵਾ ਸੁਸਾਇਟੀ ਖੁੱਡਾ, SGO ਸਰਦਾਰ ਜਸਵੀਰ ਸਿੰਘ ਜੀ, ਸਿੱਖ ਵੈਲਫੇਅਰ ਸੁਸਾਇਟੀ ਖੁੱਡਾ, ਸਿੱਖ ਵੈਲਫੇਅਰ ਸੁਸਾਇਟੀ ਖੁੱਡਾ, ਗੁਰਦੁਆਰਾ ਵੱਡੀ ਕੋਟ ਭੋਗਿਆ ਨਹੀਂ ਹੁੰਦੇ ਦਰਬਾਰ ਸਾਹਿਬ ਜਿਹੜੇ ਬੈਠੇ, ਬਾਬਾ ਫਤਿਹ ਸ਼ਾਹ ਮਾਸਟਰ ਕ੍ਰਿਸ਼ਨ ਸਿੰਘ ਫਤਿਹ ਸ਼ਾਹ ਸਿੱਖ ਸ਼ਮਸ਼ਾਨ ਭੂਮੀ ਮੰਦਿਰ ਵਾਲੇ ਪੰਡਿਤ ਜੀ, ਪੰਜ ਪੀਰ ਪੰਜ ਪੀਰ ਗੁਰਦੁਆਰਾ ਰਵਿਦਾਸ ਜੀ ਮਹਾਰਾਜ ਜੀ ਟੀ ਰੋਡ ਵਾਲੇ, ਬਾਬਾ ਜੰਡ ਕੇਵਲ ਨੱਖਦਾਤਾ ਵਾਲੇ, ਸਰਕਾਰੀ ਐਲੀਮੈਂਟਰੀ ਸਕੂਲ ਖੁੱਡਾ ਵਾਲੇ ਐਲੀਮੈਂਟਰੀ ਸਕੂਲ ਦੇ, ਸਰਕਾਰੀ ਸੈਕੰਡਰੀ ਸਕੂਲ ਮਾਸੇ ਜੀ ਜੋ, ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਰਦਾਸ ਇੱਥੇ ਬੈਠੇ ਬੈਠੇ, ਬਾਬਾ ਫਤਿਹ ਸ਼ਾਹ ਸ਼ਮਸ਼ਾਨ ਭੂਮੀ ਕਰਨੀ ਨਾ ਦੇ
ਸਤਿਕਾਰਯੋਗ ਗੁਰੂ ਰੂਪੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਾਊ ਸੁਰਜੀਤ ਸਿੰਘ ਅਰੋੜਾ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਪਰਿਵਾਰ ਵੱਲੋਂ ਜੋ ਕਰਾਇਆ ਜਾ ਰਿਹਾ ਹੈ, ਸੰਤ ਬਾਬਾ ਲਾਲ ਸਿੰਘ ਦੀ ਯਾਦ ਦੇ ਵਿੱਚ, ਉਹਨਾਂ ਦੇ ਹਾਲ ਦੇ ਵਿੱਚ ਮਹੰਤ ਤੇਜਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਕੀਰਤਨ ਦਰਬਾਰ ਅੰਤਿਮ ਅਰਦਾਸ ਹੋ ਰਹੀ ਆ, ਜਿਸ ਦੇ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਉਹ ਮਹਮਾ ਕੇ ਪਹੁੰਚੀਆਂ, ਕਿਉਂਕਿ ਬਾਬੂ ਜੀ ਨੇ ਪਿਆਰ ਵੰਡਿਆ ਹੀ ਇੰਨਾ ਸੀ, ਦਿਲ ਖੋਲ੍ਹ ਕੇ ਪਿਆਰ ਵੰਡਿਆ ਸੀ, ਅਤੇ ਓਡਾ ਹੀ ਦਿਲ ਖੋਲ੍ਹ ਕੇ ਸੰਗਤ ਨਤਮਸਤਕ ਹੋਣ ਆਈ ਆ। ਅੱਜ ਖਜੂਰੀ ਰਾਗੀ ਜਲੰਧਰ ਵਾਲੇ ਸ਼ਬਦ ਕੀਰਤਨ ਕਰ ਰਹੇ ਸੀ, ਬਾਬਾ ਬੋਲਦੇ ਸੀ। ਸਵੇਰੇ ਬਾਬੂ ਜੀ ਨੇ 28 ਮਾਰਚ ਨੂੰ ਦੋਸਤਾਂ ਮਿੱਤਰਾਂ ਨਾਲ ਸੈਰ ਕੀਤੀ, ਪੂਰੀ ਸੈਰ ਜਿੱਦਾਂ ਹੱਕ ਹੁੰਦਾ ਕਰਨ, ਉਸ ਤੋਂ ਬਾਅਦ ਘਰ ਚਲੇ ਗਏ, ਨਿਤਨੇਮ ਕੀਤਾ, ਇਸ਼ਨਾਨ ਕੀਤਾ, ਆਪਣੀ ਰੋਟੀ ਰੋਜ਼ੀ ਦੇ ਸੰਬੰਧ ਵਿੱਚ ਦੁਕਾਨ ਨੂੰ ਜਾ ਰਹੇ ਸੀ, ਰਸਤੇ ਵਿੱਚ ਸਰੀਰਕ ਕਸ਼ਟਾ ਆ ਗਿਆ, ਉੱਥੇ ਹੀ ਡਿੱਗ ਪਏ, ਚੱਕਰ ਆ ਗਿਆ, ਨੇਕ ਪਰਿਵਾਰ ਨੇ ਚੱਕਿਆ, ਮਹਿੰਗੇ ਤੋਂ ਮਹਿੰਗੇ ਹਸਪਤਾਲ ਵਿੱਚ ਹੁਸ਼ਿਆਰਪੁਰ ਜਲੰਧਰ ਜਿੱਥੇ ਵੀ ਕਿਸੇ ਨੇ ਕਿਹਾ ਲੈ ਕੇ, ਲੇਕਿਨ ਮਲਕਲ ਮੌਤ ਜਾਪ ਸੀ, ਸਭ ਦਰਵਾਜ਼ੇ ਭੰਨ, ਇਲਾਹੀ ਹੁਕਮ ਆ ਗੁਰੂ ਗ੍ਰੰਥ ਸਾਹਿਬ ਦਾ। ਮੌਤ ਆਈ, ਲੇਕਿਨ ਮੌਤ ਨੇ ਲਾਸਟ ਮੂਵਮੈਂਟ ਤੱਕ ਪੂਰਾ ਪਰਿਵਾਰ, ਭਾਵੇਂ ਕੋਈ ਆਸਟ੍ਰੇਲੀਆ ਸੀ ਬੱਚਾ ਉਹਨਾਂ ਦਾ, ਭਾਵੇਂ ਕਨੇਡਾ ਸੀ, ਪਿੰਡ ਵਾਲੇ ਸਾਰੇ ਭੈਣ ਭਾਈਆਂ ਨੇ ਉਹ ਸੇਵਾ ਰੱਜ ਕੇ ਕੀਤੀ ਆ, ਜੋ ਇਲਾਕੇ ਦੇ ਵਿੱਚ ਇੱਕ ਮਿਸਾਲ ਆ। ਸਾਰੀਆਂ ਸੰਗਤਾਂ ਵੱਲੋਂ ਇਹੋ ਹੀ ਬੇਨਤੀ ਕੀਤੀ ਜਾਂਦੀ ਆ ਕਿ ਗੁਰੂ ਮਹਾਰਾਜ ਬਾਊ ਸੁਰਜੀਤ ਸਿੰਘ ਅਰੋੜਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।